ਲੋ ਜੀ ਮੈਂ ਪਰਾਂਦਾ ਫਿਰ ਪਾ ਲਿਆ ਵਾ ਤੇ ਫਿਰ ਕਮੈਂਟ ਵਿੱਚ ਦੱਸਣਾ ਵਾ ਕਿਸ ਤਰ੍ਹਾਂ ਦਾ ਲੱਗ ਰਿਹਾ ਵਾ। ਦੇਖ ਲਓ ਜੀ ਇਸ ਤਰ੍ਹਾਂ ਦਾ ਪਰਾਂਦਾ ਵਾ ਜਿਹੜਾ ਕਿ ਮੈਂ ਜ਼ਿੰਦਗੀ 'ਚ ਫਸਟ ਟਾਈਮ ਪਾਇਆ ਵਾ। ਛੋਟੀ ਹੁੰਦੀ ਪਾਉਂਦੀ ਹੁੰਦੀ ਸੀਗੀ, ਮੈਨੂੰ ਬਹੁਤ ਜ਼ਿਆਦਾ ਸ਼ੌਕ ਸੀ ਲੰਬੇ ਵਾਲਾਂ ਦਾ ਅਤੇ ਛੋਟੀ ਹੁੰਦੀ ਨਹੀਂ ਪਾਇਆ। ਅਸਲਾਮ ਅਲੈਕੁਮ ਜੀ, ਕੀ ਹਾਲ ਆ ਤੁਹਾਡੇ ਸਾਰਿਆਂ ਦਾ? ਉਮੀਦ ਕਰਦੀ ਹਾਂ ਸਾਰੇ ਠੀਕ ਹੋਣਗੇ। ਅੱਲਾਹ ਪਾਕ ਦਾ ਸ਼ੁਕਰ ਆ, ਮੈਂ ਬਿਲਕੁਲ ਠੀਕ ਹਾਂ। ਅਤੇ ਅੱਜ ਮੈਂ ਇੱਕ ਨਿਆ ਵਲੋਗ ਲੈ ਕੇ ਆ ਗਈ ਹਾਂ, ਮਜ਼ੇਦਾਰ ਜਿਹਾ। ਅੱਜ ਦਾ ਵਲੋਗ ਵੀ ਬਹੁਤ ਹੀ ਮਜ਼ੇਦਾਰ ਹੋਣ ਵਾਲਿਆ। ਅਗਰ ਤੁਸੀਂ ਸ਼ਾਜ਼ੀ ਲਾਈਫ ਸਟੋਰੀ 'ਤੇ ਨਹੀਂ ਹੋ ਤਾਂ ਲਾਇਆ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ, ਵੀਡੀਓ ਨੂੰ ਕਰ ਦਿਓ ਜੀ ਲਾਈਕ, ਵੀਡੀਓ ਨੂੰ ਕਰ ਦਿਓ ਜੀ ਲਾਈਕ, ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ। ਅਤੇ ਬਕਾਇਆ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਇੱਕ ਵੀਡੀਓ ਬਣਾਉਣ 'ਤੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਆ ਅਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਕੇ ਜਾਇਆ ਕਰੋ, ਅੱਧੀ ਸਕਿੱਪ ਕਰਕੇ ਵੀਡੀਓ ਛੋੜ ਕੇ ਨਾ ਜਾਇਆ ਕਰੋ। ਅਤੇ ਚਲੋ ਜੀ ਮੈਂ ਅੱਜ ਦਾ ਵਲੋਗ ਫਿਰ ਸਟਾਰਟ ਕਰ ਲਿਆ ਵਾ। ਮੇਰਾ ਨਾ ਸੁਬਹਾ ਮੈਂ ਨਾਸ਼ਤਾ ਕੀਤਾ ਤਕਰੀਬਨ 6 ਵਜੇ, ਲੇਕਿਨ ਹੁਣ ਇਹ ਤਕਰੀਬਨ 12 ਦਾ ਟਾਈਮ ਹੋ ਗਿਆ ਵਾ, ਮੈਨੂੰ ਭੁੱਖ ਲੱਗ ਗਈ ਆ ਅਤੇ ਹਜੇ ਖਾਣ ਪਕਾਉਣ ਦਾ ਕੋਈ ਸੀਨ ਨਹੀਂ ਹੈ ਹੋਇਆ ਸਾਡੇ ਘਰ ਦੇ ਅੰਦਰ। ਅਤੇ ਮੈਂ ਕਿਹਾ ਚਲੋ ਕੋਈ ਹਲਕੀ ਫੁਲਕਾ ਖਾਣਾ ਬਣਾ ਕੇ ਖਾ ਲੈਂਦੀ ਹਾਂ ਅਤੇ ਬ੍ਰੈਡ ਬਣਾਉਣ ਲੱਗੀ ਹਾਂ ਮੈਂ, ਬੜੇ ਮਜ਼ੇਦਾਰ ਦੇਸੀ ਤਰੀਕੇ ਦੇ। ਚਲੋ ਜੀ ਬਣਾਉਂਦੇ ਹਾਂ ਅਤੇ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ। ਹਾਂਜੀ ਜੀ, ਉਸ ਤੋਂ ਇਲਾਵਾ ਇੱਕ ਹੋਰ ਗੱਲ, ਮੇਰੀ ਇੱਕ ਸਬਸਕ੍ਰਾਈਬਰ ਮੈਨੂੰ ਹਰ ਮੇਰੀ ਵੀਡੀਓ ਦੇ ਨੀਚੇ ਕਮੈਂਟ ਕਰਦੀ ਸੀ ਕਿ ਆਪਣੀ ਤੁਸੀਂ ਪਰਾਂਦਾ ਪਾਓ, ਤਾਂ ਲਓ ਜੀ ਮੈਂ ਪਰਾਂਦਾ ਫਿਰ ਪਾ ਲਿਆ ਵਾ ਅਤੇ ਫਿਰ ਕਮੈਂਟ ਵਿੱਚ ਦੱਸਣਾ ਵਾ ਕਿਸ ਤਰ੍ਹਾਂ ਦਾ ਲੱਗ ਰਿਹਾ ਵਾ। ਦੇਖ ਲਓ ਜੀ ਇਸ ਤਰ੍ਹਾਂ ਦਾ ਪਰਾਂਦਾ ਵਾ ਜਿਹੜਾ ਕਿ ਮੈਂ ਜ਼ਿੰਦਗੀ 'ਚ ਫਸਟ ਟਾਈਮ ਪਾਇਆ ਵਾ। ਛੋਟੀ ਹੁੰਦੀ ਪਾਉਂਦੀ ਹੁੰਦੀ ਸੀਗੀ, ਮੈਨੂੰ ਬਹੁਤ ਜ਼ਿਆਦਾ ਸ਼ੌਕ ਸੀ ਲੰਬੇ ਵਾਲਾਂ ਦਾ ਅਤੇ ਛੋਟੀ ਹੁੰਦੀ ਨਹੀਂ ਪਾਇਆ। ਉਸ ਤੋਂ ਬਾਅਦ ਵੱਡੀ ਹੋ ਕੇ ਮੈਂ ਕਦੀ ਵੀ ਨਹੀਂ ਪਾਇਆ, ਅੱਜ ਮੈਂ ਆਪਣੀ ਸਬਸਕ੍ਰਾਈਬਰ ਦੀ ਫਰਮਾਇਸ਼ 'ਤੇ ਪਾਇਆ। ਅਤੇ ਫਿਰ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਫੁੱਲ ਵਾਚ ਕਰ ਦਿਓ, ਸ਼ੁਕਰੀਆ ਜੀ। ਪਿਆਰੇ ਵਿਵਰਸ, ਮੈਂ ਆਪਣੇ ਕਿਚਨ ਦੇ ਅੰਦਰ ਮੌਜੂਦ ਆ ਸਾਰੀਆਂ ਚੀਜ਼ਾਂ ਮੈਂ ਰੱਖ ਲਈਆਂ ਵਾ। ਚਾਏ ਬਣਾਉਣੀ ਆ ਅਤੇ ਨਾਲ ਫਿਰ ਬ੍ਰੈਡ ਬਣਾਉਣੇ ਆ, ਨਮਕੀਨ ਬ੍ਰੈਡ ਬਣਾਉਣੇ ਆ, ਬਹੁਤ ਦੇਸੀ ਤਰੀਕੇ ਦੇ ਆ। ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਨਾ ਵਾ ਅਤੇ ਰੈਸਪੀ ਬਹੁਤ ਹੀ ਮਜ਼ੇ ਦੀ ਹੋਏਗੀ। ਅਤੇ ਆ ਜੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਆਹ ਵਾਲੇ ਡੋਨ ਦੇ ਮੈਂ ਬ੍ਰੈਡ ਮੰਗਵਾਏ ਆ, ਵਧੀਆ ਕਿਸਮ ਦੇ ਬ੍ਰੈਡ ਆ ਇਹ। ਉਸ ਤੋਂ ਇਲਾਵਾ ਕੈਚਅਪ ਆ ਜਿਹੜੀ ਕਿ ਆਪਾਂ ਬ੍ਰੈਡ ਨਾਲ ਬਣਾ ਕੇ ਬਾਅਦ 'ਚ ਮਜ਼ੇ ਨਾਲ ਖਾਣੀ ਆ। ਅਤੇ ਆ ਅੰਡੇ ਆ, ਬਸ ਥੋੜ੍ਹੀਆਂ ਜਿਹੀਆਂ ਚੀਜ਼ਾਂ ਪੈਂਦੀਆਂ ਇਸ ਦੇ ਅੰਦਰ। ਆਹ ਦੋ ਮੇਨ ਚੀਜ਼ਾਂ ਵਾ ਜਿਹਨਾਂ ਨਾਲ ਆਪਾਂ ਆਪਣੇ ਬ੍ਰੈਡ ਬਣਾਉਣੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਆਹ ਕੁਛ ਅਤੇ ਆਪਾਂ ਨੂੰ ਹਰੀਆਂ ਮਿਰਚਾਂ, ਧਨੀਆ, ਪਿਆਜ਼ ਅਤੇ ਟਮਾਟਰ, ਬਸ ਇਹ ਕੱਟਣਾ ਵਾ ਆਪਾਂ। ਬਗੈਰ ਲੂਣ ਮਿਰਚ ਪਾਣੀ ਆ, ਬ੍ਰੈਡ ਸਾਡੇ ਮਜ਼ੇਦਾਰ ਜਿਹੇ ਹੋ ਜਾਣੇ ਤਿਆਰ। ਚਲੋ ਜੀ ਸਭ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਆਪ ਜਿਹੜੀਆਂ ਵਾ ਕੱਟਣੇ ਵਾਲੀਆਂ ਉਹ ਕੱਟ ਕਰ ਲੈਂਦੇ ਹਾਂ, ਚੁੱਲ੍ਹੇ ਨੂੰ ਕਰਦੇ ਹਾਂ ਜੀ ਸਾਈਡ 'ਤੇ ਇੱਥੇ। ਅਤੇ ਬਿਸਮਿਲ੍ਲਾਹ ਰਹਿਮਾਨ ਰਹੀਮ, ਸਭ ਤੋਂ ਪਹਿਲਾਂ ਆਹ ਵਾਲੀਆਂ ਚੀਜ਼ਾਂ ਕੱਟਣੀਆਂ ਸਟਾਰਟ ਕਰਦੇ ਹਾਂ। ਹਾਂਜੀ ਜੀ, ਮੈਂ ਕਿਹਾ ਜਿੰਨਾ ਚਿਰ ਮੇਰੀਆਂ ਚੀਜ਼ਾਂ ਘੱਟ ਹੁੰਦੀਆਂ ਵਾ ਨਾਲ ਹੀ ਮੈਂ ਉੱਪਰ ਚਾਏ ਰੱਖ ਦਿੰਦੀ ਹਾਂ, ਉਨੇ ਦੇਰ ਵਿੱਚ ਮੇਰੀ ਚਾਏ ਬਣ ਜਾਏਗੀ। ਅਤੇ ਦੇਖੋ ਜੀ ਮੈਂ ਜਿੱਦਾਂ ਹੀ ਪਕਾਉਣਾ ਆਪਣਾ ਸਟਾਰਟ ਕੀਤਾ, ਮੌਸਮ ਇੰਨਾ ਪਿਆਰਾ ਹੋ ਗਿਆ, ਝੜ ਬਣ ਗਿਆ ਵਾ, ਹਵਾ ਹਲਕੀ ਹਲਕੀ ਚੱਲ ਰਹੀ ਆ ਅਤੇ ਨਾਲ ਚਾਏ ਨੂੰ, ਫਿਰ ਚਾਏ ਦਾ ਅਤੇ ਬ੍ਰੈਡ ਦਾ ਮਜ਼ਾ ਹੀ ਆ ਜਾਣਾ। ਹੁਣ ਤਾਂ ਮੌਸਮ ਵੀ ਇੰਨਾ ਪਿਆਰਾ ਹੋ ਗਿਆ ਵਾ। ਅਤੇ ਚਲੋ ਜੀ ਫਿਰ ਇੱਧਰ ਇੱਧਰੋਂ ਦਿਖਾ, ਇੱਧਰੋਂ ਗੱਲ ਦੇਖੋ ਜੀ ਕਿੰਨਾ ਪਿਆਰਾ ਮੌਸਮ ਹੋ ਗਿਆ, ਧੁੱਪ ਬਿਲਕੁਲ ਵੀ ਨਹੀਂ ਹੈ। ਅਤੇ ਮੇਰੀ ਚਾਏ ਨੂੰ ਵੀ ਦੇਖੋ ਜੀ ਉਬਾਲਾ ਆ ਗਿਆ ਵਾ, ਚੁੱਲ੍ਹਾ ਕਰਦੇ ਹਾਂ ਜੀ ਹਲਕਾ, ਨਾਲ ਚਾਏ ਪੱਕੇ ਅਤੇ ਨਾਲ ਸਾਡੀਆਂ ਜਿਹੜੀਆਂ ਚੀਜ਼ਾਂ ਕੱਟਣ ਵਾਲੀਆਂ ਇਹ ਕੱਟ ਹੋਣ। ਹਾਂਜੀ ਜੀ, ਚੀਜ਼ਾਂ ਦੇਖ ਸਕਦੇ ਹੋ ਮੈਂ ਸਾਰੀਆਂ ਕੱਟ ਕਰ ਲਈਆਂ ਵਾ, ਇੰਨੀ ਪਿਆਰੀ ਜੀ ਸ਼ੇਪ ਵਿੱਚ। ਹੁਣ ਮੈਂ ਇਹਨਾਂ ਸਾਰੀਆਂ ਨੂੰ ਮਿਕਸ ਕਰੂੰਗੀ, ਪਹਿਲਾਂ ਸਭ ਤੋਂ ਜੀ ਪਾਉਂਗੀ ਮੈਂ ਇਹ ਅੰਦਰ
ਕੱਟੀਆਂ ਹੋਈਆਂ ਹਰੀਆਂ ਮਿਰਚਾਂ। ਉਸ ਤੋਂ ਬਾਅਦ ਪਾਉਂਗੀ ਟਮਾਟਰ। ਉਸ ਤੋਂ ਬਾਅਦ ਜੀ ਜਾਏਗਾ ਧਨੀਆ, ਹਰਾ ਧਨੀਆ। ਉਸ ਤੋਂ ਬਾਅਦ ਜਾਏਗਾ ਜੀ ਪਿਆਜ਼। ਹੁਣ ਜੀ ਆਪਾਂ ਇਹਦੇ ਅੰਦਰ ਆਪਾਂ ਸ਼ਾਮਿਲ ਕਰਨੇ ਆ ਅੰਡੇ। ਦੇਖ ਸਕਦੇ ਹੋ ਇੰਨੇ ਜ਼ਿਆਦਾ ਅੰਡੇ ਜਿਹੜੇ ਕਿ ਮੈਂ ਆਪਣੇ ਹਿਸਾਬ ਨਾਲ ਦੇਖ ਲੈਂਦੀ ਹਾਂ ਕਿ ਮੈਂ ਕਿੰਨੇ ਕੁ ਬ੍ਰੈਡ ਬਣਾਉਣੇ ਆ, ਉਸ ਲਿਹਾਜ਼ ਨਾਲ ਫਿਰ ਮੈਂ ਇਹਦੇ ਅੰਦਰ ਡਾਲੂੰਗੀ। ਆ ਗਿਆ ਜੀ ਸਾਡਾ ਪਹਿਲਾ ਅੰਡਾ। ਦੂਸਰਾ ਮੇਰਾ ਦਿਲ ਹੈ ਮੈਂ ਜਿਹੜੇ ਪੰਜੇ ਆਂਡੇ ਵਿੱਚ ਪਾ ਦਵਾਂ। ਇਹ ਕੋਈ ਨਹੀਂ ਬਹੁਤੇ, ਮਤਲਬ ਜਿੰਨੇ ਇਹਨਾਂ ਦੇ ਬ੍ਰੈਡ ਬਣੇ ਮੈਂ ਤੁਹਾਨੂੰ ਦੱਸ ਦੂੰਗੀ। ਇੱਕ ਤੇ ਆ ਜਿਹੜਾ ਮੇਰਾ ਪਰਾਂਦਾ ਵਾ ਨਾ, ਜੇ ਮੈਂ ਅੱਜ ਪਹਿਲੀ ਵਾਰੀ ਪਾ ਹੀ ਲਿਆ ਵਾ ਨਾ, ਵਾਰ ਵਾਰ ਮੇਰੀ ਬਾਂਹ 'ਤੇ ਆਈ ਜਾਂਦਾ। ਇਹਨੂੰ ਕਰਦੇ ਹਾਂ ਜੀ ਸੈੱਟ। ਚਲੋ ਜੀ ਇਹਨਾਂ ਨੂੰ, ਬਲਕਿ ਨਹੀਂ, ਇਹਦੇ ਵਿੱਚ ਪਹਿਲੇ ਹੁਣ ਆਪਾਂ ਪਾ ਲੈਂਦੇ ਹਾਂ ਮਿਰਚਾਂ। ਲਾਲ ਮਿਰਚਾਂ ਪਾਉਣ ਲੱਗੀਆਂ ਮੈਂ। ਅਗਰ ਤੁਹਾਡੇ ਕੋਲ ਪੀਸੀਆਂ ਹੋਈਆਂ ਕਾਲੀਆਂ ਮਿਰਚਾਂ ਨਾ, ਤੁਸੀਂ ਉਹ ਪਾ ਲਈਓ, ਉਹ ਬਹੁਤ ਮਜ਼ੇ ਦੀਆਂ ਲੱਗਦੀਆਂ ਵਾ। ਮੇਰੇ ਕੋਲ ਇਸ ਟਾਈਮ ਇੱਥੇ ਮੇਰੇ ਕਿਚਨ ਵਿੱਚ ਨਾ ਲਾਲ ਮਿਰਚਾਂ ਮੌਜੂਦ ਆ, ਇਸ ਕਰਕੇ ਮੈਂ ਇਹ ਪਾ ਲਈਆਂ। ਇਸ ਤੋਂ ਬਾਅਦ ਜੀ ਇੱਕ ਸ਼ਾਇਦ ਮੈਂ ਭੁੱਲ ਆਈ ਹਾਂ। ਹਾਂਜੀ ਜੀ ਲਾਲ ਮਿਰਚਾਂ ਪਾ ਲਈਆਂ ਵਾ। ਹੁਣ ਆਪਾਂ ਪਾਵਾਂਗੇ ਇਹਦੇ ਅੰਦਰ ਜੀ ਨਮਕ ਸ਼ਾਮਿਲ ਕਰਾਂਗੇ। ਚਲੋ ਜੀ ਬਸ ਆਹ ਸਿੰਪਲ ਜੇ ਜਿਹੜੇ ਆ ਨਾ ਸਬਜ਼ੀਆਂ ਕਹਿ ਰਹੀ, ਪਿਆਜ਼ ਟਮਾਟਰ ਮਿਰਚਾਂ ਅਤੇ ਅੰਡਾ, ਇਹ ਜੀ ਮਿਕਸ ਕਰ ਲੈਂਦੇ ਹਾਂ ਆਪਣਾ ਮਿਕਸ ਕਰ ਲੈਂਦੇ ਹਾਂ ਇਹਨੂੰ ਅੱਛੀ ਤਰ੍ਹਾਂ। ਹਾਂਜੀ ਜੀ ਘੀ ਗਰਮ ਹੋ ਗਿਆ ਵਾ। ਹੁਣ ਮੈਂ ਆਹ ਜਿਹੜੇ ਅੰਡੇ ਆ ਇਹ ਪਾਉਣ ਲੱਗੀ ਹਾਂ ਤਵੇ ਦੇ ਉੱਪਰ। ਇਸ ਤਵੇ ਤੇ ਜਦੋਂ ਇੱਦਾਂ ਅੰਡੇ ਪਾ ਲੈਣੇ ਆ ਨਾ, ਫਿਰ ਉਸ ਤੋਂ ਬਾਅਦ ਆਪਾਂ ਲੈਣੇ ਆ ਜੀ ਬ੍ਰੈਡ। ਬ੍ਰੈਡ ਨੂੰ ਇੱਦਾਂ ਉੱਪਰ ਰੱਖ ਕੇ ਸਾਈਡ ਵੱਲੋਂ ਇੱਦਾਂ ਲਗਾ ਕੇ ਅੰਡਾ, ਫਿਰ ਦੂਸਰੇ ਬ੍ਰੈਡ ਨੂੰ ਇੱਦਾਂ ਉੱਪਰ ਰੱਖ ਕੇ ਉਹਦੇ ਉੱਪਰ ਇੱਦਾਂ ਅੰਡਾ ਲਗਾ ਲੈਣਾ ਵਾ। ਇਹ ਦੇਖ ਸਕਦੇ ਹੋ ਫਿਰ ਜਿਹੜੀ ਜਿਸ ਸਾਈਡ ਵੱਲ ਅੰਦਰ ਅੰਡਾ ਲਗਾਉਣਾ ਵਾ ਨਾ, ਉਹ ਵਾਲੀ ਸਾਈਡ ਨਹੀਂ, ਜਿਹੜੀ ਸਾਦੀ ਸਾਈਡ ਜਿਸ ਪਾਸੇ ਨਹੀਂ ਅੰਡਾ ਲਗਾਇਆ, ਉਹ ਆਪਾਂ ਇੱਦਾਂ ਉੱਪਰ ਰੱਖ ਦੇਣੀ ਆ। ਇੱਧਰੋਂ ਆ ਵੀ ਜਿਹੜੀ ਆ ਸਾਦੀ ਸਾਈਡ ਆ ਨਾ, ਉਹ ਉੱਦਾਂ ਉੱਪਰ ਇੱਦਾਂ ਅੰਡੇ ਰੱਖ ਦੇਣੀ। ਦੇਖਿਓ ਜੀ ਦੇਸੀ ਸਟਾਈਲ ਵਿੱਚ ਇੰਨਾ ਪਿਆਰਾ ਜਿਹਾ ਬ੍ਰੈਡ ਤੁਸੀਂ ਕਦੀ ਨਹੀਂ ਬਣਾਇਆ ਹੋਣਾ, ਕਦੀ ਨਹੀਂ ਖਾਧਾ ਹੋਣਾ। ਮੇਰੇ ਫੇਵਰੇਟ ਆ, ਜਦੋਂ ਕਿਤੇ ਮੈਨੂੰ ਭੁੱਖ ਲੱਗੇ ਜਾਂ ਮੇਰਾ ਚਸਕਾ ਕਰਨ ਨੂੰ ਦਿਲ ਕਰੇ ਤੇ ਮੈਂ ਫਿਰ ਇਹ ਬਣਾ ਕੇ ਖਾਂਦੀ ਹੁੰਦੀ। ਇੱਥੋਂ ਦਰਮਿਆਨ ਚੋਂ ਫਿਰ ਇਸ ਤਰ੍ਹਾਂ ਆਪਾਂ ਕਰਾਂਗੇ ਇਹਨਾਂ ਨੂੰ ਅਲੈਦਾ, ਤੇ ਹੁਣ ਜੀ ਇਹਨਾਂ ਦੀ ਸਾਈਡ ਚੇਂਜ ਕਰਾਂਗੇ, ਦੂਸਰੀ ਸਾਈਡ ਨੂੰ ਵੀ ਇਹਨੂੰ ਪਕਾਉਣਾ ਵਾ ਇਸ ਤਰ੍ਹਾਂ ਕਰਕੇ। ਦੇਖ ਸਕਦੇ ਹੋ ਸਾਰਾ ਅੰਡਾ ਮੇਰੇ ਬ੍ਰੈਡ ਨੂੰ ਚਿਪਕ ਗਿਆ ਵਾ, ਤੇ ਮੋਣ ਕੋ ਕਿਆ ਹੋਊਗਾ, ਚਿਪਕਾ ਨਹੀਂ ਹੈ। ਦੂਸਰਾ ਬ੍ਰੈਡ ਵੀ ਇਸੇ ਤਰ੍ਹਾਂ ਆਪਾਂ ਇੱਦਾਂ ਜੇ ਨਹੀਂ ਇਹਦੀ ਸਾਈਡ ਚੇਂਜ ਕਰ ਲਵਾਂਗੇ। ਤੇ ਇਸੇ ਤਰ੍ਹਾਂ ਜੀ ਇਸੇ ਤਰੀਕੇ ਨਾਲ ਸਾਰੇ ਬ੍ਰੈਡ ਆਪਾਂ ਬਣਾਉਂਦੇ ਜਾਣਾ ਵਾ,
ਤੇ ਬਕਾਇਆ ਜੀ ਹੁਣ ਮੈਂ ਤੁਹਾਨੂੰ ਸਾਰੇ ਬ੍ਰੈਡ ਬਣਾ ਕੇ ਨਾ ਤੇ ਫੇਰ ਹੀ ਦਿਖਾਉਂਗੀ ਐਂਡ ਤੇ ਫਾਈਨਲ। ਹਾਂਜੀ ਜੀ ਆ ਦੇਖ ਸਕਦੇ ਹੋ ਦੋ ਮੈਂ ਬਣਾ ਲਿਆ, ਤੀਸਰਾ ਮੈਂ ਉੱਪਰ ਪਾਇਆ ਹੋਇਆ। ਇਸ ਤੋਂ ਇਲਾਵਾ ਬਸ ਇੱਕ ਹੋਰ ਰਹਿ ਗਿਆ ਮੇਰਾ ਜਿਹੜਾ ਕਿ ਮੈਂ ਬਣਾਉਣਾ ਵਾ ਤੇ ਬਹੁਤ ਹੀ ਪਿਆਰੇ ਬਣੇ ਆ। ਹਜੇ ਇਹਨਾਂ ਨੂੰ ਮੈਂ ਕੱਟ ਵੀ ਕਰਨਾ ਵਾ, ਦੱਸੂਗੀ ਕਿ ਕੱਟ ਕਿਸ ਤਰ੍ਹਾਂ ਕਰਾਂਗੇ ਆਪਾਂ। ਲਓ ਜੀ ਤੀਸਰੇ ਨੰਬਰ ਵਾਲੇ ਵੀ ਸਾਡੇ ਜਿਹੜੇ ਬ੍ਰੈਡ ਆ ਉਹ ਬਣ ਗਏ ਆ। ਇਹਨਾਂ ਨੂੰ ਰੱਖ ਦਿਆਂਗੀ ਇਹਦੇ ਉੱਪਰ ਇਸ ਤਰ੍ਹਾਂ ਕਰਕੇ, ਨੀਚੇ ਰੱਖਾਂਗੇ ਜੀ ਆਪਾਂ ਇਸ ਨੂੰ ਇੱਦਾਂ ਕਰਕੇ, ਦੇ ਉੱਪਰ ਜੀ ਆਪਾਂ ਰੱਖਾਂਗੇ ਇਹ ਵਾਲਾ ਬ੍ਰੈਡ। ਚਲੋ ਦੇਖੋ ਜੀ ਦੇਸੀ ਸਟਾਈਲ ਵਿੱਚ ਮਜ਼ੇਦਾਰ ਜੇ ਸਾਡੇ ਬ੍ਰੈਡ। ਚਲੋ ਜੀ ਹੁਣ ਜਿਹੜਾ ਐਂਡ ਵਾਲਾ ਬ੍ਰੈਡ ਆ ਉਹ ਵੀ ਜਲਦੀ ਜਲਦੀ ਨਾਲ ਪਾਉਂਦੇ ਹਾਂ ਤੇ ਕੰਮ ਨੂੰ ਖਤਮ ਕਰਦੇ ਹਾਂ। ਮਾਸ਼ਾਅੱਲਾ ਜੀ ਬ੍ਰੈਡ ਬਣਾ ਲਿਆ ਮੈਂ, ਬਹੁਤ ਮਜ਼ੇ ਦੇ ਬਣੇ ਆ। ਤੇ ਸਭ ਤੋਂ ਪਹਿਲਾਂ ਜੀ ਹੁਣ ਇਹਨਾਂ ਨੂੰ ਆਪਾਂ ਕੱਟ ਕਰਨਾ ਵਾ। ਇਸ ਤਰ੍ਹਾਂ ਦੋ ਪੀਸ ਲੈ ਲੈਣੇ ਆ, ਹਾਂਜੀ ਫਿਰ ਐਸੇ ਕੱਟ ਦੋ, ਇਦਾਂ ਦਰਮਿਆਨ ਚ ਰੱਖ ਕੇ ਇਹਨਾਂ ਨੂੰ ਆਪਾਂ ਕੱਟ ਲੈਣਾ ਵਾ। ਐਸੇ ਹੀ ਕੱਟ ਦੋ, ਤੇ ਜੀ ਇਹ ਦੇਖ ਸਕਦੇ ਹੋ ਪਿਆਜ਼ ਦੀ ਸ਼ੇਪ ਵਿੱਚ ਮੈਂ ਬ੍ਰੈਡ ਕੱਟ ਲਏ ਆ ਸਾਰੇ, ਇਸ ਤਰ੍ਹਾਂ ਕੱਟ ਲੂੰਗੀ। ਤੇ ਜੀ ਸਾਰੇ ਬ੍ਰੈਡ ਮੈਂ ਕੱਟ ਕਰ ਲਏ ਆ। ਮਾਸ਼ਾਅੱਲਾ ਜੀ ਬਹੁਤ ਮਜ਼ੇ ਦੇ ਬ੍ਰੈਡ ਬਣੇ ਆ ਮੇਰੇ, ਯਮੀ ਜੇ ਬ੍ਰੈਡ ਦੇਖੋ ਦੇਖੋ। ਮਾਸ਼ਾਅੱਲਾ ਜੀ ਬ੍ਰੈਡ ਸਾਡੇ ਮੈਂ ਸਾਰੇ ਕੱਟ ਕਰ ਲਏ ਆ। ਤੇ ਪਹਿਲਾਂ ਬ੍ਰੈਡ ਰੱਖਦੇ ਆ ਆਪਣੀ ਪਲੇਟ ਦੇ ਅੰਦਰ ਤੇ ਡਾਲਦੇ ਆ ਜੀ ਕੈਚਅਪ। ਤੇ ਹੁਣ ਜੀ ਖਾਵਾਂਗੇ ਇਸ ਨੂੰ। ਬਿਸਮਿਲ੍ਲਾਹ ਬਹੁਤ ਹੀ ਮਜ਼ੇ ਦੇ। ਹਾਂਜੀ ਜੀ ਸਾਰਾ ਕੁਛ ਖਾ ਪੀ ਲਿਆ, ਸਾਰਾ ਕੁਛ ਖਤਮ ਕਰ ਦਿੱਤਾ ਵਾ। ਤੇ ਠੀਕ ਆ ਜੀ ਅੱਜ ਦੀ ਸ਼ੇਅਰਿੰਗ ਕੈਸੀ ਲੱਗੀ ਮੇਰੀ ਤੁਹਾਨੂੰ ਵੀਡੀਓ ਵਿੱਚ ਜ਼ਰੂਰ ਦੱਸ ਦਿਓ। ਅਤੇ ਮੈਂ ਫਿਰ ਇੱਕ ਵਾਰੀ ਕਹਿਣ ਗਈ ਹੈ ਕਿ ਵੀਡੀਓ ਨੂੰ ਫੋਨ ਵਾਚ ਕਰਿਆ ਕਰੋ, ਮੇਰਾ ਵਾਚ ਟਾਈਮ ਹਜੇ ਬਹੁਤ ਸਾਰਾ ਪਿਆ ਹੋਇਆ ਵਾ, ਜਲਦ ਤੋਂ ਜਲਦ ਕੰਪਲੀਟ ਕਰੋ। ਸ਼ੁਕਰੀਆ ਜੀ, ਆਪਣਾ ਬਹੁਤ ਸਾਰਾ ਖਿਆਲ ਰੱਖਿਓ ਜੀ। ਅੱਲਾ ਹਾਫਿਜ਼, ਬਾਏ ਬਾਏ।